تاریخ نے قوموں کو دیا ہے یہی پیغام کہ حق مانگنا توہین ہے، حق چھین لیا جائے۔ کلیجے تیر ویکھن نو سر تے تاج ویکھن نو، کلیجے تیر ویکھن نو سر تے تاج ویکھن نو، زمانہ رک گیا تیرا وہی انداز ویکھن نو، کلیجے تیر ویکھن نو سر تے تاج ویکھن نو، کلیجے تیر ویکھن نو سر تے تاج ویکھن نو، زمانہ رک گیا تیرا وہی انداز ویکھن نو۔ ਜਿਹੜਾ ਇਹ ਪ੍ਰੋਗਰਾਮ ਹੈ ਬੇਸਿਕਲੀ ਅਸੀਂ ਸਮਰਪਿਤ ਕਰ ਰਹੇ ਹਾਂ ਜਿਹੜੇ ਕਿਸਾਨ ਦਿੱਲੀ ਬਾਰਡਰਾਂ 'ਤੇ ਬੈਠੇ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਲਈ। ਇਹਦੇ 'ਚ ਬੇਸਿਕਲੀ ਕੀ ਹੈ, ਇਹਦੇ ਵਿੱਚ ਕਿਸਾਨੀ ਨਾਲ ਰਿਲੇਟਡ, ਧਾਰਮਿਕ ਸਮੱਸਿਆਵਾਂ ਨਾਲ ਰਿਲੇਟਡ, ਕਿਸੇ ਵੀ ਮੁੱਦਾ ਜਿਹੜਾ ਆਪਾਂ ਆਵਾਜ਼ ਉਠਾ ਸਕਦੇ ਉਹਦੇ ਰਿਲੇਟਡ ਕਵੀ ਕਵਿਤਾ ਗਾ ਰਹੇ ਨੇ, ਗੀਤ ਗਾ ਰਹੇ ਨੇ, ਔਰ ਕੋਈ ਵੀ ਪੋਇਟਰੀ ਗਾ ਰਹੇ ਨੇ। ਇਹਦਾ ਬੇਸਿਕਲੀ ਇਹ ਆ ਵੀ ਇੱਕ ਤਾਂ ਲੋਕਾਂ ਨੂੰ ਕਿਸਾਨੀ ਸੰਘਰਸ਼ ਦੇ ਨਾਲ ਨਾਲ ਜੋੜਨ ਦੇ ਨਾਲ ਨਾਲ ਉਹਨਾਂ ਨੂੰ ਕਲਾ ਵਾਈਜ਼ ਵੀ ਨਾਲ ਜੋੜਿਆ ਜਾ ਸਕੇ, ਉਹਨਾਂ ਨੂੰ ਦੱਸਿਆ ਜਾ ਸਕੇ ਵੀ ਇਕੱਲੇ ਕਿਸਾਨੀ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਆਵਾਜ਼ ਉਠਾਉਣੀ ਬਣ। ਰਹੇਗੀ ਵਾਦੋਂ ਮੇਂ ਕਬ ਤੱਕ ਅਸੀਂ ਖੁਸ਼ਹਾਲੀ, ਰਹੇਗੀ ਵਾਦੋਂ ਮੇਂ ਕਬ ਤੱਕ ਅਸੀਂ ਖੁਸ਼ਹਾਲੀ, ਹਰ ਇੱਕ ਬਾਰ ਹੀ ਕੱਲ ਕਿਉਂ ਕਭੀ ਤੋ ਆਜ ਵੀ ਹੋ। ਇੱਥੇ ਅਸੀਂ ਇੱਕ ਕਲਚਰਲ ਪ੍ਰੋਗਰਾਮ ਕਰ ਰਹੇ ਹਾਂ ਕਵਿਤਾਵਾਂ ਦੀ ਸ਼ਾਮ, ਕਿ ਸਾਡੇ ਕਿਸਾਨਾਂ ਦੇ ਨਾਮ, ਜਿਹੜਾ ਸੰਘਰਸ਼ ਸਾਡਾ ਦਿੱਲੀ ਬਾਰਡਰ 'ਤੇ ਬੈਠੇ ਚੱਲ ਰਿਹਾ, ਜੋ ਇੱਕ ਤਿੰਨ ਕਾਲੇ ਕਾਨੂੰਨਾਂ ਦੇ ਜਿਹੜਾ ਕਿ ਸਾਡਾ ਇਹ ਮਤਲਬ ਸਾਡਾ ਧਰਨਾ ਚੱਲ ਰਿਹਾ ਉਹਨੂੰ ਲੈ ਕੇ, ਕਿਉਂਕਿ ਕਲਾ ਦਾ ਹਮੇਸ਼ਾ ਹੀ ਚਾਹੇ ਕੋਈ ਵੀ ਲਹਿਰ ਅੱਜ ਤੱਕ ਦੇ ਰਹੀਆਂ ਨੇ ਉਹਦੇ 'ਚ ਇਹਦਾ ਇੱਕ ਆਪਣਾ ਅਹਿਮ ਰੋਲ ਆ, ਤਾਂ ਅਸੀਂ ਉਹ ਕਲਾ ਦੇ ਰੋਲ ਦੇ ਨਾਲ ਅਸੀਂ ਇਸ ਚੌਂਕ ਦੇ ਉੱਪਰ ਅੱਜ ਇੱਕ ਸ਼ਾਮ ਰੱਖੀ ਆ ਕਿ ਸਾਡੇ ਇੱਥੋਂ ਦੇ ਜਿੰਨੇ ਵੀ ਚੰਡੀਗੜ੍ਹ ਦੇ ਵਸਨੀਕ ਅੱਡ ਚੌਂਕਾਂ 'ਤੇ ਖੜ੍ਹਦੇ ਸੀ ਉਹਨਾਂ ਨੂੰ ਕਿਹਾ ਕਿ ਮਤਲਬ ਸਾਰੇ ਆਪਣਾ ਆਪਣਾ ਇੱਥੇ ਪਹੁੰਚੇ ਨੇ ਅੱਜ ਅਤੇ ਇੱਥੇ ਸ਼ਾਮ 'ਚ ਬੈਠੇ ਨੇ, ਕਿਉਂਕਿ ਸਾਰੇ ਅੱਡ ਇਹਦੇ 'ਚ ਗੀਤ ਵੀ ਨੇ, ਕਵਿਤਾਵਾਂ ਵੀ ਨੇ ਅਤੇ ਸਾਰੀਆਂ ਪੂਰੀਆਂ ਮਤਲਬ ਸਾਡੇ ਕਿਸਾਨੀ ਸੰਘਰਸ਼ ਦੇ ਨਾਮ 'ਤੇ ਹੀ ਨੇ ਅਤੇ ਉਹ ਬਿੱਲਾਂ ਨੂੰ ਪੂਰੇ ਦਰਸਾਉਂਦੀਆਂ ਨੇ ਕਿੰਨੇ ਸਾਡੇ ਲਈ ਮਾੜੇ ਨੇ, ਕਿਵੇਂ ਕਾਨੂੰਨ ਨੇ ਸਾਡੇ। ਅਸੀਂ ਜਿਹੜਾ ਚੰਡੀਗੜ੍ਹ ਅਤੇ ਪੰਜਾਬ ਅਤੇ ਸਾਡੇ ਬਾਕੀ ਸੂਬਿਆਂ ਦੇ ਵਿੱਚ ਜਿਹੜਾ ਫਾਰਮਰਸ ਪ੍ਰੋਟੈਸਟ, ਕਿਸਾਨ ਮਜ਼ਦੂਰ ਏਕਤਾ ਦਾ ਇੱਕ ਰੈਵੋਲਿਊਸ਼ਨ ਚੱਲ ਰਹੀ ਹੈ, ਉਹਦੀ ਸੋਲੀਡੈਰਿਟੀ ਦੇ ਵਿੱਚ ਅੱਜ ਇੱਕ ਕਲਚਰ ਪ੍ਰੋਗਰਾਮ ਕੀਤਾ ਜਾ ਰਿਹਾ। ਇੱਥੇ ਸਾਡਾ ਇਹ ਆਉਣਾ ਜ਼ਰੂਰੀ ਹੈ ਬਿਕੋਜ਼ ਜਦੋਂ ਵੀ ਕਦੀ ਕੋਈ ਪ੍ਰੋਟੈਸਟ, ਕੋਈ ਕਿਸੇ ਤਰ੍ਹਾਂ ਦਾ ਸੰਘਰਸ਼ ਹੋਇਆ ਹੈ, ਪੋਇਟਸ, ਰਾਈਟਰਸ, ਆਰਟ, ਫੰਕਾਰ ਇਹ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੜਿਆ। ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਨੂੰ ਇਸ ਚੀਜ਼ ਤੋਂ ਬੇਫਿਕਰ ਹੋਣਾ ਚਾਹੀਦਾ ਕਿ ਪਿੱਛੇ ਬੈਠੇ ਘਰਾਂ 'ਚ ਜਿਹੜੇ ਲੋਕ ਹੈ ਉਹ ਉਹਨਾਂ ਨਾਲ ਹੈ, ਉਹਨਾਂ ਦਾ ਸਾਥ ਦੇ ਰਹੇ ਹੈ। ਇੱਥੇ ਆਪਾਂ ਜਿੰਨੀ ਵੀ ਸਾਡੀ ਹੈਸੀਅਤ ਹੈ, ਜਿੰਨਾ ਅਸੀਂ ਕਰ ਸਕਦੇ ਹਾਂ, ਉਹਨਾਂ ਅਸੀਂ ਅਵੇਅਰਨੈਸ ਰੇਜ਼ ਕਰਾਂਗੇ ਅਤੇ ਇਹ ਪੂਰੀ ਜੰਗ ਉਹਨਾਂ ਨਾਲ ਲੜਾਂਗੇ।